ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਸਵਾਗਤ ਕਰਦਾ ਤੁਹਾਡੇ ਸਾਰਿਆਂ ਦਾ ਮੇਰੇ ਅਫੀਸ਼ੀਅਲ YouTube ਚੈਨਲ ਦੀਪ ਜੌਬ ਪੋਰਟਲ ਤੇ। ਤੇ ਬਹੁਤ ਵੱਡੀ ਖੁਸ਼ਖਬਰੀ ਤੁਹਾਡੇ ਸਾਰਿਆਂ ਨਾਲ ਮੈਨੂੰ ਸ਼ੇਅਰ ਕਰਦਿਆਂ ਬੜੀ ਖੁਸ਼ੀ ਹੋ ਰਹੀ ਹੈ ਦੋਸਤੋ। ਜਿਹੜਾ ਵਾਰਡ ਅਟੈਂਡੈਂਟ ਦੀ ਆਪਾਂ ਸਾਲ ਤੋਂ ਵੇਟ ਕਰ ਰਹੇ ਸੀ ਐਗਜ਼ਾਮ ਦੀ, ਉਹ ਰੀਸ਼ਡਿਊਲ ਹੋ ਚੁੱਕਿਆ ਦੋਸਤੋ। ਉਹਦੀ ਐਗਜ਼ੈਕਟ ਜਿਹੜੀ ਡੇਟ ਹੈ ਪੇਪਰ ਦੀ, ਐਗਜ਼ਾਮ ਡੇਟ ਹੈ, ਉਹ ਆ ਚੁੱਕੀ ਹੈ। ਠੀਕ ਹੈ, ਤੁਹਾਡੇ ਸਾਹਮਣੇ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਦੀ ਅਫੀਸ਼ੀਅਲ ਵੈਬਸਾਈਟ ਦੇ ਇੰਟਰਫੇਸ ਦੇ ਉੱਪਰ ਆ ਤੁਹਾਡੇ ਸਾਹਮਣੇ। ਠੀਕ ਹੈ, ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਰੈੱਡ ਕਲਰ ਦੇ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਹੋਇਆ, ਐਗਜ਼ਾਮ ਸ਼ਡਿਊਲ ਆਫ ਵਾਰਡ ਅਟੈਂਡੈਂਟ। ਠੀਕ ਹੈ ਜੀ, ਆਪਾਂ ਤੁਹਾਨੂੰ ਪੂਰੀ ਵੀਡੀਓ ਵਿੱਚ ਦਿਖਾਵਾਂਗੇ ਸਾਰਾ ਕੁਝ, ਸਾਰੀ ਡਿਟੇਲ 'ਚ ਦੱਸਾਂਗੇ। ਅਤੇ ਇੱਥੇ ਕਲਿੱਕ ਕਰਕੇ ਆਪਾਂ ਪਹਿਲਾਂ ਖੋਲ੍ਹ ਲੈਂਦੇ ਇਹਨਾਂ ਨੂੰ। ਠੀਕ ਹੈ, ਥੋੜ੍ਹਾ ਜਿਹਾ ਇਹਨੂੰ ਵੱਡਾ ਕਰ ਦੇਣਾ ਦੋਸਤੋ। ਦੇਖ ਸਕਦੇ ਹੋ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਆ, ਕੋਈ ਫੇਕ ਨਿਊਜ਼ ਨਹੀਂ ਹੈਗੀ ਦੋਸਤੋ। ਤਿਆਰੀ ਖਿੱਚ ਲਓ ਆਪਦੇ ਆਪਦੇ ਪੇਪਰ ਦੀ, ਸਾਰੇ ਵਧੀਆ ਢੰਗ ਨਾਲ ਅਤੇ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਾਰਡ ਅਟੈਂਡੈਂਟ ਦੀਆਂ ਜਿਹੜੀਆਂ 800 ਅਸਾਮੀਆਂ ਦੀ ਭਰਤੀ ਲਈ ਬਾਬਾ ਫਰੀਦ ਯੂਨੀਵਰਸਿਟੀ ਨੇ ਪੇਪਰ ਰੱਖਿਆ ਸੀਗਾ ਦੋਸਤੋ, ਜਿਹੜਾ 28 ਨਵੰਬਰ 2020 'ਚ ਹੋਇਆ ਸੀਗਾ। ਠੀਕ ਹੈ, ਵੀ 2020 'ਚ ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਕਰਕੇ ਕਿੰਨਾ ਹੋ ਸੀਗਾ ਨਾ, ਲੋਕਡਾਊਨ ਕਰਕੇ ਸਾਰਾ ਮਤਲਬ ਸਿਸਟਮ ਖਰਾਬ ਸੀਗਾ। ਅਤੇ ਹੁਣ ਇਹ ਦੇਖ ਲਓ ਦੋਸਤੋ, ਜਿਹੜੀ ਰੀਸ਼ਡਿਊਲ ਕੀਤਾ ਇਹਨਾਂ ਨੇ, ਪਿਛਲਾ ਇੱਕ ਨੋਟੀਫਿਕੇਸ਼ਨ ਆਇਆ ਸੀ ਉਹਦੇ ਵਿੱਚ ਕਹਿ ਰਹੇ ਸੀਗੇ ਕਿ ਨਵੰਬਰ ਦੇ ਪਹਿਲੇ ਦੂਜੇ ਹਫ਼ਤੇ। ਠੀਕ ਹੈ, ਤਾਂ ਇਹਦੇ ਵਿੱਚ ਐਗਜ਼ੈਕਟ ਡੇਟ ਤੁਸੀਂ ਦੇਖ ਸਕਦੇ ਹੋ, ਲਿਖਤੀ ਪ੍ਰੀਖਿਆ 14 ਨਵੰਬਰ ਨੂੰ ਐਤਵਾਰ ਨੂੰ ਹੋਣ ਜਾ ਰਹੀ ਹੈ। ਠੀਕ ਹੈ ਜੀ, ਬਹੁਤ ਵੱਡੀ ਖੁਸ਼ਖਬਰੀ ਹੈ ਸਾਰੇ ਬੱਚਿਆਂ ਲਈ, ਜਿਹੜੇ ਜਿਹੜੇ ਦੀ ਤਿਆਰੀ ਕਰ ਰਹੇ ਸੀਗੇ, ਜਿਨ੍ਹਾਂ ਜਿਨ੍ਹਾਂ ਨੇ ਇਹਦਾ ਪੇਪਰ ਭਰਿਆ ਹੋਇਆ ਸੀਗਾ। ਠੀਕ ਹੈ, ਸਾਰਿਆਂ ਨੂੰ ਬੈਸਟ ਆਫ ਲੱਕ, ਹੁਣੇ ਤੋਂ ਆਪਣੀ ਜਿਹੜੀ ਤਿਆਰੀ ਹੈ ਉਹ ਡਬਲ ਕਰ ਦਿਓ। ਠੀਕ ਹੈ, ਅਤੇ ਦੋਸਤੋ ਇਹਦੇ ਵਿੱਚ ਜਿਹੜਾ ਸਿਲੇਬਸ ਸੀ, ਜਿਵੇਂ ਪਹਿਲਾਂ ਇਹਨਾਂ ਨੇ ਡਿਸਕਸ ਕੀਤਾ ਸੀਗਾ ਸਿਲੇਬਸ, ਇਹਦੇ ਵਿੱਚ ਇੱਕ ਤਾਂ 8ਵੀਂ ਪੱਧਰ ਦੀ ਜਰਨਲ ਨੌਲੇਜ ਰਹੂਗੀ। ਠੀਕ ਹੈ, GK ਵਗੈਰਾ ਸਾਰਾ ਕੁਝ, ਜਿਵੇਂ ਤੁਸੀਂ 8ਵੀਂ ਤੱਕ ਪੜ੍ਹਦੇ ਆਏ ਹੋ 8ਵੀਂ ਬੇਸ ਤੱਕ ਦਾ ਹੀ ਰਹੂਗਾ। ਅਤੇ ਇੱਕ ਇਹਦੇ ਵਿੱਚ ਇਹਨਾਂ ਨੇ ਹੋਮ ਬੇਸਡ ਕੇਅਰ ਅਤੇ ਹੋਸਪਿਟਲ ਬੇਸਡ ਕੇਅਰ ਦੋ ਸਬਜੈਕਟ ਵੱਖਰੇ ਐਡ ਕੀਤੇ ਹੋਏ ਹਨ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਇਹ ਸਬਜੈਕਟਾਂ ਦੇ ਵਿੱਚ ਕੀ ਹੁੰਦਾ ਦੋਸਤੋ, ਕਿ ਕਿਵੇਂ ਜਿਹੜੇ ਨੇ ਮਰੀਜ਼ ਹੁੰਦੇ ਨੇ ਹਸਪਤਾਲਾਂ ਦੇ ਵਿੱਚ, ਉਹਨਾਂ ਨੂੰ ਟ੍ਰੀਟ ਕਰਨਾ, ਠੀਕ ਹੈ, ਕਿਵੇਂ ਉਹਨਾਂ ਦੀ ਦੇਖਭਾਲ ਕਰਨੀ ਆ, ਇੱਦਾਂ ਸਾਰਾ ਕੁਝ, ਮਤਲਬ ਫਸਟ ਏਡ ਵਗੈਰਾ ਸਾਰਾ ਕੁਝ ਇਹਦੇ ਵਿੱਚ ਮੁੱਢਲੀ ਜਾਣਕਾਰੀ ਹੁੰਦੀ ਹੈ। ਠੀਕ ਹੈ, ਇਹ ਤੁਸੀਂ ਪੜ੍ਹ ਲੈਣੀ ਹੈ YouTube ਤੋਂ, ਜਾਂ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਇਹਦੇ ਸੰਬੰਧੀ ਜਿਹੜੇ ਨੋਟਸ ਨੇ ਉਹ ਪ੍ਰੋਵਾਈਡ ਕਰਾਵਾਂ। ਸੋ ਦੋਸਤੋ, ਮੇਰਾ ਜਿਹੜਾ ਟੈਲੀਗ੍ਰਾਮ ਚੈਨਲ ਆ ਉਹਨੂੰ ਤੁਸੀਂ ਜੁਆਇਨ ਕਰ ਲਓ, ਉਹਦੇ ਵਿੱਚ ਮੈਂ ਤੁਹਾਨੂੰ ਜਿਹੜੇ ਨੋਟਸ ਨੇ ਇਹਦੇ ਪ੍ਰੋਵਾਈਡ ਕਰਵਾਉਂਗਾ। ਠੀਕ ਹੈ, ਅਤੇ ਬਾਕੀ ਆਪਣਾ ਜਿਹੜਾ ਇੰਸਟਾਗ੍ਰਾਮ ਚੈਨਲ ਆ ਉਹਦੇ 'ਤੇ ਵੀ ਤੁਸੀਂ ਲੌਗਇਨ ਕਰ ਲਓ, ਉਹਨੂੰ ਫੋਲੋ ਕਰ ਲਓ। ਠੀਕ ਹੈ, ਆਪਣਾ ਆਪਣੇ ਚੈਨਲ ਦਾ ਉਹਦੇ ਵਿੱਚ ਨੀਚੇ ਵੀਡੀਓ, ਇਸ ਵੀਡੀਓ ਦੇ ਨੀਚੇ ਲਿੰਕ ਦੇ ਰੱਖਿਆ ਆਪਾਂ ਨੇ। ਅਤੇ ਗੱਲ ਕਰਦੇ ਹੁਣ ਪੇਪਰ ਦੀ ਦੋਸਤੋ, ਲਿਖਤੀ ਪ੍ਰੀਖਿਆ ਹੋਣੀ ਹੈ ਇਹ, ਠੀਕ ਹੈ, 14 ਤਰੀਕ ਨੂੰ ਹੋਣੀ ਹੈ। ਠੀਕ ਹੈ ਜੀ, ਸੋ ਸਾਰੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਬੈਸਟ ਵਿਸ਼ਿਜ਼, ਠੀਕ ਹੈ, ਖੁਸ਼ਖਬਰੀ ਹੈ। ਜਿਹੜੇ ਕਹਿ ਰਹੇ ਸੀਗੇ ਕਿ ਇਹਦਾ ਪੇਪਰ ਆ ਜਿਹੜਾ ਮਤਲਬ ਕੈਂਸਲ ਹੋ ਗਿਆ, ਠੀਕ ਹੈ, ਸੋ ਬੱਚਿਓ ਕੈਂਸਲ ਨਹੀਂ ਹੋਇਆ ਸੀਗਾ ਇਹ। ਠੀਕ ਹੈ, ਕੈਂਸਲ ਦਾ ਮਤਲਬ ਹੁੰਦਾ ਕਿ ਇੱਕ ਤਰ੍ਹਾਂ ਨਾਲ ਰੱਦ ਹੋ ਜਾਣਾ, ਮਤਲਬ ਮੁੜ ਕੇ ਨਾ ਹੋਣਾ। ਇਹ ਤੁਹਾਨੂੰ ਪਤਾ ਹੀ ਹੈ ਕਿ ਉਸ ਵੇਲੇ ਕਰੋਨਾ ਚੱਲ ਰਿਹਾ ਸੀਗਾ, ਲੋਕਡਾਊਨ ਸੀਗਾ, ਇਹ ਸਿਰਫ ਪੋਸਟਪੋਨ ਕੀਤਾ ਸੀ। ਪੋਸਟਪੋਨ ਦਾ ਮਤਲਬ ਹੁੰਦਾ ਅੱਜ ਦੀ ਡੇਟ ਬਦਲ ਕੇ ਵੱਖਰੀ ਡੇਟ ਰੱਖ ਦੇਣੀ। ਠੀਕ ਹੈ ਜੀ, ਸੋ ਦੋਸਤੋ ਬੈਸਟ ਆਫ ਲੱਕ, ਸਾਰੇ ਆਪੋ ਆਪਣੀ ਜਿਹੜੀ ਹੈ ਤਿਆਰੀ ਖਿੱਚ ਦਿਓ ਪੂਰੀ। ਠੀਕ ਹੈ, 14 ਨਵੰਬਰ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਬਾਕੀ ਇਹਦੇ ਮੁਤਾਬਕ, ਇਹਦੇ ਸੰਬੰਧੀ ਜੇ ਕਿਸੇ ਬੱਚੇ ਨੇ ਕੁਝ ਪੁੱਛਣਾ ਹੁੰਦਾ ਮੈਥੋਂ ਨੋਟਸ ਵਗੈਰਾ, ਤਾਂ ਤੁਸੀਂ ਮੈਨੂੰ ਆਪਣਾ ਇੰਸਟਾਗ੍ਰਾਮ ਚੈਨਲ 'ਤੇ ਕਰੋ ਫੋਲੋ, ਉੱਥੇ ਮੇਰੇ ਨਾਲ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਤੁਸੀਂ, ਜੇ ਤੁਹਾਡੇ ਮਨ 'ਚ ਕੋਈ ਡਾਊਟ ਹੁੰਦਾ। ਸੋ ਦੋਸਤੋ ਬੈਸਟ ਆਫ ਲੱਕ ਇੱਕ ਵਾਰ ਫਿਰ ਤੋਂ, ਬਾਕੀ ਇਸ ਅਪਡੇਟ ਵਿੱਚ ਇੰਨਾ ਹੀ ਸੀਗਾ। ਠੀਕ ਹੈ, ਇਹ ਅਪਡੇਟ ਤੁਹਾਡੇ ਨਾਲ ਸਾਂਝਾ ਕਰਨਾ ਸੀ ਕਿਉਂਕਿ ਮੈਂ ਆਪਣੇ ਇਸ ਚੈਨਲ 'ਤੇ ਛੋਟੇ ਤੋਂ ਲੈ ਕੇ ਵੱਡਾ ਹਰ ਇੱਕ ਅਪਡੇਟ ਕੰਮ ਦਾ ਹੁੰਦਾ ਉਹ, ਠੀਕ ਹੈ, ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਮੈਂ ਕੋਸ਼ਿਸ਼ ਕਰਦਾ। ਸੋ ਇਹ ਤੁਹਾਡਾ ਆਪਣਾ ਚੈਨਲ ਆ, ਠੀਕ ਹੈ, ਇਹਨੂੰ ਸਬਸਕ੍ਰਾਈਬ ਕਰੋ ਜਿਹੜੇ ਵੀਰ ਭਰਾ ਨਵੇਂ ਨੇ। ਸੋ ਮੈਨੂੰ ਦਿਓ ਇਜਾਜ਼ਤ, ਅਗਲੀ ਵੀਡੀਓ ਵਿੱਚ ਮਿਲਾਂਗੇ ਅਗਲੇ ਅਪਡੇਟ ਲਈ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ ਜੀ।